ਹੁਣ ਆਪਾਂ ਅਗਲੇ ਲੰਗਰ ਕੋਲ ਪਹੁੰਚ ਗਏ ਹਾਂ ਜਿੱਥੇ ਸਾਡੇ ਬੜੇ ਹੀ ਸਤਿਕਾਰਯੋਗ ਅਲੀ ਸ਼ਾਹ ਪੈਰ ਗਏ ਨੇ। ਸਟੇਜ ਵਾਲਿਆਂ ਨੇ ਆਪਣਾ ਦੇਖੋ ਲੰਗਰ ਲਾਇਆ, ਸਾਰੇ ਠੰਡੇ ਪਾਣੀ ਦਾ ਕੋਈ ਅੰਤ ਨਹੀਂ। ਸੋ ਮੈਂ ਕਿਸੇ ਨੂੰ ਇੱਕ ਬੇਨਤੀ ਕਰੂੰਗਾ ਕਿ ਅਲੀ ਸ਼ਾਹ ਨੂੰ ਆਪਣੇ ਸਰੂਪ ਪਾਉ ਦਿੱਤਾ ਜਾਵੇ। ਸੋ ਅਲੀ ਸ਼ਾਹ ਜੀ ਨੂੰ ਸਰੂਪ ਪਾਉ ਦਿੱਤਾ ਜਾਵੇ। ਬੋਲੇ ਸੋਨਿਹਾਲ ਸ੍ਰੀ ਅਕਾਲ। ਸੋ ਸਾਰਿਆਂ ਦਾ ਧੰਨਵਾਦ। ਆਪਾਂ ਸੇਫਟੀ ਨੂੰ ਜ਼ਰੂਰ ਮੁੱਖ ਰੱਖਣਾ ਹੈ ਕਿਉਂਕਿ ਆਪਾਂ ਬਿਜ਼ੀ ਰੋਡ ਦੇ ਉੱਤੇ ਹਾਂ। ਸੋ ਆਪਾਂ ਲਿਫਟ ਵਾਲੇ ਪਾਸੇ ਰਹਿਣਾ ਹੈ। ਇਹ ਵਾਰ ਵਾਰ ਸਾਡੇ ਗਿਆਨੀ ਵੀ ਬੇਨਤੀਆਂ ਕਰਦੇ ਹਾਂ, ਅਸੀਂ ਵੀ ਕਰਦੇ ਹਾਂ। ਸੋ ਪਲੀਜ਼ ਆਪਾਂ ਸਾਰਿਆਂ ਨੇ ਸੇਫਟੀ ਦਾ ਜ਼ਰੂਰ ਧਿਆਨ ਰੱਖਣਾ ਹੈ। ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਅਨਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਇਹ ਆਪਾਂ ਮਹਾਰਾਜ ਨੇ ਸੇਵਾਵਾਂ ਲਈਆਂ ਹਨ। ਸੋ ਮੈਂ ਫਤਿਹ ਬੁਲਾਉਣਾ, ਸ਼ਬਦ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।